ਇਹ ਤਸਵੀਰ ਉਸ ਪੰਜਾਬੀ ਨੌਜਵਾਨ ਦੀ ਹੈ ਜਿਸ ਦਾ ਕੈਨੇਡਾ ਦੀ ਧਰਤੀ ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਜੋ ਆਪਣੇ ਚੰਗੇ ਭਵਿੱਖ ਲਈ ਮਾਪਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਕੈਨੇਡਾ ਗਿਆ ਸੀ ਪਰ ਉੱਥੋਂ ਜ਼ਿੰਦਾ ਵਾਪਸ ਨਹੀਂ ਪਰਤ ਰਿਹਾ ਹੈ। ਮਾਪਿਆਂ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ, ਆਪਣੇ ਪੁੱਤ ਦਾ ਵਿਛੋੜਾ ਉਹਨਾਂ ਤੋਂ ਝੱਲ ਨਹੀਂ ਹੋ ਰਿਹਾ। ਦੱਸ ਦਈਏ ਕੁਲਵਿੰਦਰ ਸਿੰਘ ਸੋਹੀ ਜੋ ਕਿ ਸਾਲ 2018 ਦੇ ਵਿੱਚ ਕੈਨੇਡਾ ਗਿਆ ਸੀ ਆਪਣੇ ਚੰਗੇ ਭਵਿੱਖ ਲਈ, ਚੰਗੀ ਰੋਜ਼ੀ ਰੋਟੀ ਲਈ ਤੇ ਸੁਪਨੇ ਪੂਰੇ ਕਰਨ ਲਈ। ਮਿਹਨਤ ਕਰਦਿਆਂ ਉਸਨੇ ਉੱਥੇ PR ਵੀ ਲੈ ਲਈ ਸੀ ਪਰ ਇਸ ਤੋਂ ਪਹਿਲਾਂ ਕਿ ਉੱਥੇ ਕੁਝ ਹੋਰ ਤਰੱਕੀ ਕਰਦਾ ਜਾਂ ਕੋਈ ਹੋਰ ਸੁਪਨਾ ਪੂਰਾ ਕਰਦਾ, ਕਿਸੇ ਵੱਲੋਂ ਉਸਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਜਦੋਂ ਇਹ ਖਬਰ ਮਾਪਿਆਂ ਤੱਕ ਪਹੁੰਚੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਪੇ ਤਾਹਾਂ ਮਾਰ ਮਾਰ ਕੇ ਰੋ ਰਹੇ ਨੇ ਤੇ ਆਪਣੇ ਪੁੱਤ ਦਾ ਵਿਛੋੜਾ ਉਹਨਾਂ ਤੋਂ ਚੱਲ ਨਹੀਂ ਹੋ ਰਿਹਾ। ਦੱਸ ਦਈਏ ਕਿ ਕੁਲਵਿੰਦਰ ਸਿੰਘ ਸੋਹੀ ਮਲੇਰਕੋਟਲਾ ਦੇ ਹੀ ਪਿੰਡ ਦਾ ਰਹਿਣ ਵਾਲਾ ਸੀ ਜੋ 2018 ਦੇ ਵਿੱਚ ਕੈਨੇਡਾ ਗਿਆ ਸੀ, ਜਿੱਥੇ ਉਹ ਸਖਤ ਮਿਹਨਤ ਵੀ ਕਰ ਰਿਹਾ ਸੀ ਤੇ ਉਸਨੂੰ PR ਵੀ ਮਿਲ ਚੁੱਕੀ ਸੀ। ਮਾਪਿਆਂ ਦੇ ਵਿੱਚ ਇਸ ਗੱਲ ਦੀ ਤਸੱਲੀ ਸੀ ਕਿ ਉਹਨਾਂ ਦਾ ਪੁੱਤ ਉੱਥੇ ਤਰੱਕੀ ਕਰ ਰਿਹਾ, ਉਸਨੂੰ PR ਮਿਲ ਚੁੱਕੀ ਹੈ, ਹੁਣ ਉਹ ਜਦੋਂ ਮਰਜ਼ੀ ਉਹਨਾਂ ਨੂੰ ਮਿਲਣ ਵੀ ਆ ਸਕਦਾ ਸੀ। ਪਰ ਇਸ ਤੋਂ ਪਹਿਲਾਂ ਕਿ ਪੁੱਤ ਆਪਣੇ ਮਾਪਿਆਂ ਕੋਲ ਜਾਂਦਾ ਉਸਦੀ ਮੌਤ ਦੀ ਖਬਰ ਪਹੁੰਚ ਗਈ। ਕਤਲ ਦੇ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਏ ਨੇ ਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਇੱਕ ਤਾਂ ਕਤਲ ਦੇ ਕਾਰਨ ਦੱਸੇ ਜਾਣ ਤੇ ਦੂਸਰਾ ਉਹਨਾਂ ਦੇ ਪੁੱਤ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏ। ਪਰਿਵਾਰ ਇਹ ਵੀ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਂਦਾ ਜਾਏ ਤਾਂ ਜੋ ਆਖਰੀ ਵਾਰ ਆਪਣੇ ਪੁੱਤ ਦਾ ਮੂੰਹ ਦੇਖ ਸਕਣ।